ਹਾਂਜੀ ਦੋਸਤੋ ਪੰਜਾਬੀ ਡਿਕਟੇਸ਼ਨ 240 ਸ਼ਬਦ ਨੂੰ ਪੰਜ ਵਾਰੀ ਡਿਕਟੇਟ ਕਰਾਂਗੇ ਪਹਿਲਾਂ 80 ਦੀ ਸਪੀਡ ਫਿਰ 90 100 ਫਿਰ 110 ਫਿਰ 120 ਦੀ ਸਪੀਡ ਹਾਂਜੀ ਹੁਣ ਪਹਿਲਾਂ ਆਪਾਂ 80 ਦੀ ਸਪੀਡ ਤੇ ਸਟਾਰਟ ਕਰਦੇ ਹਾਂ ਹਾਂਜੀ ਰੈਡੀ ਸਟਾਰਟ ਅਕਸਰ ਹੀ ਕਿਹਾ ਜਾਂਦਾ ਸੀ ਕਿ ਜੜਾਂ ਨਾਲੋਂ ਟੁੱਟਣਾ ਬਹੁਤ ਔਖਾ ਹੈ ਡੰਡੀ ਇਨ੍ਹਾਂ ਸ਼ਬਦਾਂ ਦਾ ਦਰਦ ਇਨ੍ਹਾਂ ਦਾ ਸੰਤਾਪ ਇਨ੍ਹਾਂ ਦਾ ਅਰਥ ਅਤੇ ਇਨ੍ਹਾਂ ਸ਼ਬਦਾਂ ਵਿੱਚ ਗੁੱਜੀਆਂ ਚੀਸਾਂ ਨੂੰ ਉਹੀ ਲੋਕ ਜਾਣਦੇ ਹਨ ਜਿਨ੍ਹਾਂ ਨੂੰ ਇਨ੍ਹਾਂ ਦੇ ਅਰਥ ਆਪਣੇ ਹੱਡਾਂ ਤੇ ਹੰਡਾਉਣੇ ਪੈਂਦੇ ਹਨ ਡੰਡੀ ਵਿਗਿਆਨਕ ਤਰੱਕੀ ਦੇ ਨਾਤੇ ਦੁਨੀਆ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਦੁਨੀਆ ਇੱਕ ਪਿੰਡ ਦਾ ਰੂਪ ਧਾਰ ਗਈ ਹੈ ਡੰਡੀ ਨੌਜਵਾਨ ਪੀੜੀ ਜਿੰਨਾ ਆਪਣੇ ਮਨ ਵਿੱਚ ਆਪਣੀ ਜ਼ਿੰਦਗੀ ਨੂੰ ਰੰਗੀਨ ਹਸੀਨ ਤੇ ਬਿਹਤਰ ਬਨਾਉਣ ਦੇ ਸੁਪਨੇ ਸੰਜੋਏ ਹੁੰਦੇ ਹਨ ਉਹ ਹਰ ਹਿਲੇ ਵਿਦੇਸ਼ਾਂ ਵੱਲ ਉਡਾਰੀਆਂ ਮਾਰਨ ਨੂੰ ਤਤ ਪਰ ਰਹਿੰਦੇ ਹਨ ਡੰਡੀ ਆਪਣੀਆਂ ਇਹਨਾਂ ਰੀਜਾਂ ਤੇ ਉਮੰਗਾਂ ਨੂੰ ਪੂਰਾ ਕਰਨ ਲਈ ਜੋ ਨੌਜਵਾਨ ਇਸ ਮੰਤਬ ਵਿੱਚ ਸਫਲ ਹੋ ਜਾਂਦੇ ਹਨ ਉਹੋ ਵਿਦੇਸ਼ ਦੀ ਧਰਤੀ ਤੇ ਆ ਕੇ ਆਪਣੀਆਂ ਪੜ੍ਹਾਈਆਂ ਅਤੇ ਕਾਰੋਬਾਰਾਂ ਵਿੱਚ ਅਜਿਹਾ ਰੁੱਝਦੇ ਹਨ ਕਿ ਉਹ ਉਥੋਂ ਦੇ ਵਾਤਾਵਰਣ ਕਾਇਦੇ ਕਾਨੂੰਨ ਰਹਿਣ ਸਹਿਣ ਖਾਣ ਪੀਣ ਨੂੰ ਸਮੇਂ ਮੁਤਾਬਕ ਅਪਣਾ ਲੈਂਦੇ ਹਨ ਤੇ ਉਸ ਦੇਸ਼ ਦਾ ਹਿੱਸਾ ਬਣ ਉਸ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਡੰਡੀ ਬਹੁਤ ਸਾਰੇ ਨੌਜਵਾਨਾਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਾ ਕਿ ਉਹ ਅਲੜ ਉਮਰ ਵਿੱਚ ਭਾਰਤ ਵਿੱਚਲੀ ਪੜ੍ਹਾਈ ਤੋਂ ਬਾਅਦ ਵਿਦੇਸ਼ਾਂ ਵਿੱਚ ਆ ਕੇ ਇਥੋਂ ਦੀ ਪੜ੍ਹਾਈ ਦੇ ਨਾਲ ਆਪਣੇ ਆਪਣੇ ਕੰਮਾਂ ਨਾਲ ਜੁੜ ਗਏ ਤੇ ਹੌਲੀ-ਹੌਲੀ ਸਮੇਂ ਮੁਤਾਬਿਕ ਇਥੋਂ ਦੇ ਪੱਕੇ ਵਸਨੀਕ ਬਣ ਗਏ ਡੰਡੀ ਇਨ੍ਹਾਂ ਨੌਜਵਾਨਾਂ ਨੂੰ ਇਹ ਮਾਰਗ ਕਦੋਂ ਉਹਨਾਂ ਦੀ ਮੰਜ਼ਿਲ ਤੇ ਲੈ ਜਾਂਦਾ ਹੈ ਕੋਈ ਚਿਤ ਚੇਤਾ ਹੀ ਨਹੀਂ ਰਹਿਦਾ ਤੇ ਫਿਰ ਇਹ ਨੌਜਵਾਨ ਹੌਲੀ-ਹੌਲੀ ਪ੍ਰਪੇ ਤੇ ਦੇਸ਼ ਤੇ ਆਪਣੇ ਪੱਕੇ ਘਰ ਨਾਲੋਂ ਟੁੱਟ ਕੇ ਇਸ ਮੁਲਕ ਹਾਂਜੀ ਦੋਸਤੋ ਆਪਣਾ 80 ਦੀ ਸਪੀਡ ਤੇ ਪਹਿਰਾ ਡਿਕਟੇਟ ਹੋ ਚੁੱਕਿਆ ਹੈ ਨੈਕਸਟ ਆਪਾਂ ਕਰਾਂਗੇ 90 ਦੀ ਸਪੀਡ ਤੇ ਹਾਂਜੀ ਰੈਡੀ ਸਟਾਰ ਅਕਸਰ ਹੀ ਕਿਹਾ ਜਾਂਦਾ ਸੀ ਕਿ ਜੜਾਂ ਨਾਲੋਂ ਟੁੱਟਣਾ ਬਹੁਤ ਔਖਾ ਹੈ ਡੰਡੀ ਇਨ੍ਹਾਂ ਸ਼ਬਦਾਂ ਦਾ ਦਰਦ ਇਨ੍ਹਾਂ ਦਾ ਸੰਤਾਪ ਇਨ੍ਹਾਂ ਦਾ ਅਰਥ ਅਤੇ ਇਨ੍ਹਾਂ ਸ਼ਬਦਾਂ ਵਿੱਚ ਗੁੱਜੀਆਂ ਚੀਸਾਂ ਨੂੰ ਉਹੀ ਲੋਕ ਜਾਣਦੇ ਹਨ ਜਿਨ੍ਹਾਂ ਨੂੰ ਇਨ੍ਹਾਂ ਦੇ ਅਰਥ ਆਪਣੇ ਹੱਡਾਂ ਤੇ ਹੰਡਾਉਣੇ ਪੈਂਦੇ ਹਨ ਡੰਡੀ ਵਿਗਿਆਨਕ ਤਰੱਕੀ ਦੇ ਨਾਂ ਤੇ ਦੁਨੀਆ ਨੇ ਬਹੁਤ ਤਰੱਕੀ ਕਰਨ ਲਈ ਹੈ ਤੇ ਦੁਨੀਆ ਇੱਕ ਪਿੰਡ ਦਾ ਰੂਪ ਧਾਰ ਗਈ ਹੈ ਡੰਡੀ ਨੌਜਵਾਨ ਪੀੜੀ ਜਿੰਨਾ ਆਪਣੇ ਮਨ ਵਿੱਚ ਆਪਣੀ ਜ਼ਿੰਦਗੀ ਨੂੰ ਰੰਗੀਨ ਹਸੀਨ ਤੇ ਬਿਹਤਰ ਬਣਾਉਣ ਦੇ ਸੁਪਨੇ ਸੰਜੋਏ ਹੁੰਦੇ ਹਨ ਉਹ ਹਰ ਹਿਲੇ ਵਿਦੇਸ਼ਾਂ ਵੱਲ ਉਡਾਰੀਆਂ ਮਾਰਨ ਨੂੰ ਤਤ ਪਰ ਰਹਿੰਦੇ ਹਨ ਡੰਡੀ ਆਪਣੀਆਂ ਇਨਾ ਰੀਜਾਂ ਤੇ ਓ ਮੰਗਾਂ ਨੂੰ ਪੂਰਾ ਕਰਨ ਲਈ ਜੋ ਨੌਜਵਾਨ ਇਸ ਮੰਤਵ ਵਿੱਚ ਸਫਲ ਹੋ ਜਾਂਦੇ ਹਨ ਉਹ ਵਿਦੇਸ਼ ਦੀ ਧਰਤੀ ਤੇ ਆ ਕੇ ਆਪਣੀਆਂ ਪੜ੍ਹਾਈਆਂ ਅਤੇ ਕਾਰੋਬਾਰਾਂ ਵਿੱਚ ਅਜਿਹਾ ਰੁੱਝਦੇ ਹਨ ਕਿ ਉਹ ਇਥੋਂ ਦੇ ਵਾਤਾਵਰਣ ਕਾਇਦੇ ਕਾਨੂੰਨ ਰਹਿਣ ਸਹਿਣ ਖਾਣ ਪੀਣ ਨੂੰ ਸਮੇਂ ਮੁਤਾਬਕ ਆਪਣਾ ਲੈnde ਹਨ ਤੇ ਉਸ ਦੇਸ਼ ਦਾ ਹਿੱਸਾ ਬਣ ਉਸ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਡੰਡੀ ਬਹੁਤ ਸਾਰੇ ਨੌਜਵਾਨਾਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਾ ਕਿ ਉਹ ਅਲੜ ਉਮਰ ਵਿੱਚ ਭਾਰਤ ਵਿਚਲੀ ਪੜ੍ਹਾਈ ਤੋਂ ਬਾਅਦ ਵਿਦੇਸ਼ਾਂ ਵਿੱਚ ਆ ਕੇ ਇੱਥੋਂ ਦੀ ਪੜ੍ਹਾਈ ਦੇ ਨਾਲ ਆਪਣੇ ਆਪਣੇ ਕੰਮਾਂ ਨਾਲ ਜੁੜ ਗਏ ਤੇ ਹੌਲੀ-ਹੌਲੀ ਸਮੇਂ ਮੁਤਾਬਿਕ ਇੱਥੋਂ ਦੇ ਪੱਕੇ ਵਸਨੀਕ ਬਣ ਗਏ ਡੰਡੀ ਇਹਨਾਂ ਨੌਜਵਾਨਾਂ ਨੂੰ ਇਹ ਮਾਰਗ ਕਦੋਂ ਉਹਨਾਂ ਦੀ ਮੰਜ਼ਿਲ ਤੇ ਲੈ ਜਾਂਦਾ ਹੈ ਕੋਈ ਚਿਤਚੇਤਾ ਹੀ ਨਹੀਂ ਰਹਿੰਦਾ ਤੇ ਫਿਰ ਇਹ ਨੌਜਵਾਨ ਹੌਲੀ-ਹੌਲੀ ਪਰਪੇ ਤੇ ਦੇਸ਼ ਤੇ ਆਪਣੇ ਪੱਕੇ ਘਰ ਨਾਲੋਂ ਟੁੱਟ ਕੇ ਇਸ ਮੁਲਕ ਸਟਾਪ ਹਾਂਜੀ ਦੋਸਤੋ ਆਪਣਾ 90 ਦੀ ਸਪੀਡ ਤੇ ਵੀ ਪਹਿਰਾ ਡਿਕਟੇਟ ਹੋ ਚੁੱਕਿਆ ਹੈ ਨੈਕਸਟ ਆਪਾਂ ਕਰਾਂਗੇ 100 ਦੀ ਸਪੀਡ ਤੇ 100 ਦੀ ਸਪੀਡ ਹਾਂਜੀ ਰੈਡੀ ਸਟਾਰਟ ਅਕਸਰ ਹੀ ਕਿਹਾ ਜਾਂਦਾ ਸੀ ਕਿ ਜਣਾ ਨਾਲੋਂ ਟੁੱਟਣਾ ਬਹੁਤ ਔਖਾ ਹੈ ਡੰਡੀ ਇਨ੍ਹਾਂ ਸ਼ਬਦਾਂ ਦਾ ਦਰਦ ਇਨ੍ਹਾਂ ਦਾ ਸੰਤਾਪ ਇਨ੍ਹਾਂ ਦਾ ਅਰਥ ਅਤੇ ਇਨ੍ਹਾਂ ਸ਼ਬਦਾਂ ਵਿੱਚ ਗੁੱਜੀਆਂ ਚੀਸਾਂ ਨੂੰ ਉਹੀ ਲੋਕ ਜਾਣਦੇ ਹਨ ਜਿਨ੍ਹਾਂ ਨੂੰ ਇਨ੍ਹਾਂ ਦੇ ਅਰਥ ਆਪਣੇ ਹੱਡਾਂ ਤੇ ਹੰਡਾਉਣੇ ਪੈਂਦੇ ਹਨ ਡੰਡੀ ਵਿਗਿਆਨਕ ਤਰੱਕੀ ਦੇ ਨਾ ਤੇ ਦੁਨੀਆ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਦੁਨੀਆ ਇੱਕ ਪਿੰਡ ਦਾ ਰੂਪ ਧਾਰ ਗਈ ਹੈ ਡੰਡੀ ਨੌਜਵਾਨ ਪੀੜੀ ਜਿਨ੍ਹਾਂ ਆਪਣੇ ਮਨ ਵਿੱਚ ਆਪਣੀ ਜ਼ਿੰਦਗੀ ਨੂੰ ਰੰਗੀਨ ਹਸੀਨ ਤੇ ਬਿਹਤਰ ਬਣਾਉਣ ਦੇ ਸੁਪਨੇ ਸੰਜੋਏ ਹੁੰਦੇ ਹਨ ਉਹ ਹਰ ਹਿਲੇ ਵਿਦੇਸ਼ਾਂ ਵੱਲ ਉਡਾਰੀਆਂ ਮਾਰਨ ਨੂੰ ਤਤ ਪਰ ਰਹਿੰਦੇ ਹਨ ਡੰਡੀ ਆਪਣੀਆਂ ਇਨਾਂ ਰੀਜਾਂ ਤੇ ਉਮੰਗਾਂ ਨੂੰ ਪੂਰਾ ਕਰਨ ਲਈ ਜੋ ਨੌਜਵਾਨ ਇਸ ਮੰਤਬ ਵਿੱਚ ਸਫਲ ਹੋ ਜਾਂਦੇ ਹਨ ਉਹ ਵਿਦੇਸ਼ ਦੀ ਧਰਤੀ ਤੇ ਆ ਕੇ ਆਪਣੀਆਂ ਪੜ੍ਹਾਈਆਂ ਅਤੇ ਕਾਰੋਬਾਰਾਂ ਵਿੱਚ ਅਜਿਹਾ ਰੁੱਝਦੇ ਹਨ ਕਿ ਉਹ ਇਥੋਂ ਦੇ ਵਾਤਾਵਰਣ ਕਾਇਦੇ ਕਾਨੂੰਨ ਰਹਿਣ ਸਹਿਣ ਖਾਣ ਪੀਣ ਨੂੰ ਸਮੇਂ ਮੁਤਾਬਿਕ ਅਪਣਾ ਲੈਂਦੇ ਹਨ ਤੇ ਉਸ ਦੇਸ਼ ਦਾ ਹਿੱਸਾ ਬਣ ਉਸ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਡੰਡੀ ਬਹੁਤ ਸਾਰੇ ਨੌਜਵਾਨਾਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਾ ਕਿ ਉਹ ਅਲੜ ਉਮਰ ਵਿੱਚ ਭਾਰਤ ਵਿੱਚਲੀ ਪੜ੍ਹਾਈ ਤੋਂ ਬਾਅਦ ਵਿਦੇਸ਼ਾਂ ਵਿੱਚ ਆ ਕੇ ਉਥੋਂ ਦੀ ਪੜ੍ਹਾਈ ਦੇ ਨਾਲ ਆਪਣੇ ਆਪਣੇ ਕੰਮਾਂ ਨਾਲ ਜੁੜ ਗਏ ਤੇ ਹੌਲੀ-ਹੌਲੀ ਸਮੇਂ ਮੁਤਾਬਕ ਉਥੋਂ ਦੇ ਪੱਕੇ ਵਸਨੀਕ ਬਣ ਗਏ ਡੰਡੀ ਇਹਨਾਂ ਨੌਜਵਾਨਾਂ ਨੂੰ ਇਹ ਮਾਰਗ ਕਦੋਂ ਉਹਨਾਂ ਦੀ ਮੰਜ਼ਿਲ ਤੇ ਲੈ ਜਾਂਦਾ ਹੈ ਕੋਈ ਚਿੱਤ ਚੇਤਾ ਹੀ ਨਹੀਂ ਰਹਿੰਦਾ ਤੇ ਫਿਰ ਇਹ ਨੌਜਵਾਨ ਹੌਲੀ-ਹੌਲੀ ਪਰੱਪੇ ਤੇ ਦੇਸ਼ ਤੇ ਆਪਣੇ ਪੱਕੇ ਘਰ ਨਾਲੋਂ ਟੁੱਟ ਕੇ ਇਸ ਮੁਲਕ ਸਟੌਪ ਹਾਂਜੀ ਦੋਸਤੋ ਆਪਣਾ ਇਹ ਪਹਿਰਾ 100 ਦੀ ਸਪੀਡ ਤੇ ਵੀ ਡਿਕਟੇਟ ਹੋ ਚੁੱਕਿਆ ਹੈ ਨੈਕਸਟ ਆਪਾਂ ਕਰਾਂਗੇ 110 ਦੀ ਸਪੀਡ ਤੇ ਹਾਂਜੀ ਹੈ ਰੈਡੀ ਸਟਾਰਟ ਅਕਸਰ ਹੀ ਕਿਹਾ ਜਾਂਦਾ ਸੀ ਕਿ ਜੜਾ ਨਾਲੋਂ ਟੁੱਟਣਾ ਬਹੁਤ ਔਖਾ ਹੈ ਡੰਡੀ ਇਨ੍ਹਾਂ ਸ਼ਬਦਾਂ ਦਾ ਦਰਦ ਇਨ੍ਹਾਂ ਦਾ ਸੰਤਾਪ ਇਨ੍ਹਾਂ ਦਾ ਅਰਥ ਅਤੇ ਇਨ੍ਹਾਂ ਸ਼ਬਦਾਂ ਵਿੱਚ ਗੁੱਜੀਆਂ ਚੀਸਾਂ ਨੂੰ ਉਹੀ ਲੋਕ ਜਾਣਦੇ ਹਨ ਜਿਨ੍ਹਾਂ ਨੂੰ ਇਹਨਾਂ ਦੇ ਅਰਥ ਆਪਣੇ ਹੱਡਾਂ ਤੇ ਹੰਡਾਉਣੇ ਪੈਂਦੇ ਹਨ ਡੰਡੀ ਵਿਗਿਆਨਕ ਤਰੱਕੀ ਦੇ ਨਾਂ ਤੇ ਦੁਨੀਆ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਦੁਨੀਆ ਇੱਕ ਪਿੰਡ ਦਾ ਰੂਪ ਧਾਰ ਗਈ ਹੈ ਡੰਡੀ ਨੌਜਵਾਨ ਪੀੜੀ ਜਿਨ੍ਹਾਂ ਆਪਣੇ ਮਨ ਵਿੱਚ ਆਪਣੀ ਜ਼ਿੰਦਗੀ ਨੂੰ ਰੰਗੀਨ ਹਸੀਨ ਤੇ ਬਿਹਤਰ ਬਣਾਉਣ ਦੇ ਸੁਪਨੇ ਸੰਜੋਏ ਹੁੰਦੇ ਹਨ ਉਹ ਹਰ ਹਿਲੇ ਵਿਦੇਸ਼ਾਂ ਵੱਲ ਉਡਾਰੀਆਂ ਮਾਰ ਨੂੰ ਤਤ ਪਰ ਰਹਿੰਦੇ ਹਨ ਡੰਡੀ ਆਪਣੀਆਂ ਇਹਨਾਂ ਰੀਜਾਂ ਤੇ ਉਮੰਗਾਂ ਨੂੰ ਪੂਰਾ ਕਰਨ ਲਈ ਜੋ ਨੌਜਵਾਨ ਇਸ ਮੰਤਬ ਵਿੱਚ ਸਫਲ ਹੋ ਜਾਂਦੇ ਹਨ ਉਹ ਵਿਦੇਸ਼ ਦੀ ਧਰਤੀ ਤੇ ਆ ਕੇ ਆਪਣੀਆਂ ਪੜਾਈਆਂ ਅਤੇ ਕਾਰੋਬਾਰਾਂ ਵਿੱਚ ਅਜਿਹਾ ਰੁਝਦੇ ਹਨ ਕਿ ਉਹ ਇਥੋਂ ਦੇ ਵਾਤਾਵਰਣ ਕਾਇਦੇ ਕਾਨੂੰਨ ਰਹਿਣ ਸਹਿਣ ਖਾਣ ਪੀਣ ਨੂੰ ਆਪਣੇ ਮੁਤਾਬਕ ਅਪਣਾ ਲੈਂਦੇ ਹਨ ਤੇ ਉਸ ਦੇਸ਼ ਦਾ ਹਿੱਸਾ ਬਣ ਉਸ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਡੰਡੀ ਬਹੁਤ ਸਾਰੇ ਨੌਜਵਾਨਾਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਾ ਕਿ ਉਹ ਅਲੜ ਉਮਰ ਵਿੱਚ ਭਾਰਤ ਬਿਚਲੀ ਪੜ੍ਹਾਈ ਤੋਂ ਬਾਅਦ ਵਿਦੇਸ਼ਾਂ ਵਿੱਚ ਆ ਕੇ ਇਥੋਂ ਦੀ ਪੜ੍ਹਾਈ ਦੇ ਨਾਲ ਆਪਣੇ ਆਪਣੇ ਕੰਮਾਂ ਨਾਲ ਜੁੜ ਗਏ ਤੇ ਹੌਲੀ-ਹੌਲੀ ਸਮੇਂ ਮੁਤਾਬਕ ਇਥੋਂ ਦੇ ਪੱਕੇ ਵਸਨੀਕ ਬਣ ਗਏ ਡੰਡੀ ਇਹਨਾਂ ਨੌਜਵਾਨਾਂ ਨੂੰ ਇਹ ਮਾਰਗ ਕਦੋਂ ਉਹਨਾਂ ਦੀ ਮੰਜ਼ਲ ਤੇ ਲੈ ਜਾਂਦਾ ਹੈ ਕੋਈ ਚਿਤ ਚੇਤਾ ਹੀ ਨਹੀਂ ਰਹਿੰਦਾ ਤੇ ਫਿਰ ਨੌਜਵਾਨ ਹੌਲੀ-ਹੌਲੀ ਪਰਪੇ ਤੇ ਦੇਸ਼ ਤੇ ਆਪਣੇ ਪੱਕੇ ਘਰ ਨਾਲੋਂ ਟੁੱਟ ਕੇ ਇਸ ਮੁਲਕ ਸਟਾਪ ਹਾਂਜੀ ਦੋਸਤੋ ਆਪਣਾ 110 ਦੀ ਸਪੀਡ ਤੇ ਵੀ ਪੈਰਾ ਡਿਕਟੇਟ ਹੋ ਚੁੱਕਿਆ ਹੈ ਨੈਕਸਟ एंड लास्ट आप करे एक सौ भी स्पीड से हाँ जी रेडी स्टार्ट ਅਕਸਰ ਹੀ ਕਿਹਾ ਜਾਂਦਾ ਸੀ ਕਿ ਜੜਾਂ ਨਾਲੋਂ ਟੁੱਟਣਾ ਬਹੁਤ ਔਖਾ ਹੈ ਡੰਡੀ ਇੰਨਾ ਸ਼ਬਦਾਂ ਦਾ ਦਰਦ ਇਨ੍ਹਾਂ ਦਾ ਸੰਤਾਪ ਇਨ੍ਹਾਂ ਦਾ ਅਰਥ ਅਤੇ ਇਨ੍ਹਾਂ ਸ਼ਬਦਾਂ ਵਿੱਚ ਗੁੱਜੀਆਂ ਚੀਸਾਂ ਨੂੰ ਉਹੀ ਲੋਕ ਜਾਣਦੇ ਹਨ ਜਿਨ੍ਹਾਂ ਨੂੰ ਇਨ੍ਹਾਂ ਦੇ ਅਰਥ ਆਪਣੇ ਹੱਡਾਂ ਤੇ ਹੰਡਾਉਣੇ ਪੈਂਦੇ ਹਨ ਡੰਡੀ ਵਿਗਿਆਨਕ ਤਰੱਕੀ ਦੇ ਨਾਂ ਤੇ ਦੁਨੀਆ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਦੁਨੀਆ ਇੱਕ ਪਿੰਡ ਦਾ ਰੂਪਤ ਹਰ ਗਈ ਹੈ ਡੰਡੀ ਨੌਜਵਾਨ ਪੀੜੀ ਜਿਨ੍ਹਾਂ ਆਪਣੇ ਮਨ ਵਿੱਚ ਆਪਣੀ ਜ਼ਿੰਦਗੀ ਨੂੰ ਰੰਗੀਨ ਹਸੀਨ ਤੇ ਬਿਹਤਰ ਬਣਾਉਣ ਦੇ ਸੁਪਨੇ ਸੰਜੋਏ ਹੁੰਦੇ ਹਨ ਉਹ ਹਰ ਹਿੱਲੇ ਵਿਦੇਸ਼ਾਂ ਵੱਲ ਉਡਾਰੀਆਂ ਮਾਰਨ ਨੂੰ ਤਤਪਰ ਰਹਿੰਦੇ ਹਨ ਡੰਡੀ ਆਪਣੀਆਂ ਇਹਨਾਂ ਰੀਜਾਂ ਤੇ ਉਮੰਗਾਂ ਨੂੰ ਪੂਰਾ ਕਰਨ ਲਈ ਜੋ ਨੌਜਵਾਨ ਇਸ ਮੰਤਬ ਵਿੱਚ ਸਫਲ ਹੋ ਜਾਂਦੇ ਹਨ ਉਹ ਵਿਦੇਸ਼ ਦੀ ਧਰਤੀ ਤੇ ਆ ਕੇ ਆਪਣੀਆਂ ਪੜ੍ਹਾਈਆਂ ਅਤੇ ਕਾਰੋਬਾਰਾਂ ਵਿੱਚ ਅਜਿਹਾ ਰੁੱਝਦੇ ਹਨ ਕਿ ਉਹ ਇਥੋਂ ਦੇ ਵਾਤਾਵਰਣ ਕਾਇਦੇ ਕਾਨੂੰਨ ਰਹਿਣ ਸਹਿਣ ਖਾਣ ਪੀਣ ਨੂੰ ਸਮੇਂ ਮੁਤਾਬਿਕ ਅਪਣਾ ਲੈਂਦੇ ਹਨ ਤੇ ਉਸ ਦੇਸ਼ ਦਾ ਹਿੱਸਾ ਬਣ ਉਸ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਡੰਡੀ ਬਹੁਤ ਸਾਰੇ ਨੌਜਵਾਨਾਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਾ ਕਿ ਉਹ ਅਲੜ ਉਮਰ ਵਿੱਚ ਭਾਰਤ ਵਿੱਚਲੀ ਪੜ੍ਹਾਈ ਤੋਂ ਬਾਅਦ ਵਿਦੇਸ਼ਾਂ ਵਿੱਚ ਆ ਕੇ ਇਥੋਂ ਦੀ ਪੜ੍ਹਾਈ ਦੇ ਨਾਲ ਆਪਣੇ ਆਪਣੇ ਕੰਮਾਂ ਨਾਲ ਜੁੜ ਗਏ ਤੇ ਹੌਲੀ-ਹੌਲੀ ਸਮੇਂ ਮੁਤਾਬਿਕ ਇਥੋਂ ਦੇ ਪੱਕੇ ਵਸਨੀਕ ਬਣ ਗਏ ਡੰਡੀ ਇਹਨਾਂ ਨੌਜਵਾਨਾਂ ਨੂੰ ਇਹ ਮਾਰਗ ਕਦੋਂ ਉਹਨਾਂ ਦੀ ਮੰਜ਼ਿਲ ਤੇ ਲੈ ਜਾਂਦਾ ਹੈ ਕੋਈ ਚਿੱਤ ਚੇਤਾ ਹੀ ਨਹੀਂ ਰਹਿੰਦਾ ਤੇ ਫਿਰ ਇਹ ਨੌਜਵਾਨ ਹੌਲੀ-ਹੌਲੀ ਪ੍ਰਪੇ ਤੇ ਦੇਸ਼ ਤੇ ਆਪਣੇ ਪੱਕੇ ਕਰ ਨਾਲੋਂ ਟੁੱਟ ਕੇ ਇਸ ਮੁਲਕ ਸਟਾਪ ਹਾਂਜੀ ਦੋਸਤੋ ਆਪਣਾ 120 ਸਪੀਡ ਤੇ ਵੀ ਡਿਕਟੇਟ ਹੋ ਚੁੱਕਿਆ ਹੈ ਹਾਂਜੀ